ਹਾਂ ਵੀ ਦੋਸਤੋ, ਸਵਾਗਤ ਆ ਅੱਜ ਦੀ ਵੀਡੀਓ ਦੇ ਵਿੱਚ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੋਸਤਾਂ ਮਿੱਤਰਾਂ ਨੂੰ ਕਹਿਣਾ ਚਾਹੁੰਦਾਗਾ, ਵੀਡੀਓ ਦੇ ਐਂਡ ਤਾਈਂ ਜੁੜੇ ਰਹੋ, ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ, ਠੀਕ ਹੈ ਦੋਸਤੋ, ਅਤੇ ਕਮੈਂਟ ਵੀ ਜ਼ਰੂਰ ਕਰਿਓ। ਅਤੇ ਵੀਰ ਆਪਣੇ ਕੋਲ ਬੱਚਾ ਲੈਣ ਆਏ ਆ, ਤਾਂ ਆਪਾਂ ਬੱਚਾ ਇਹਨਾਂ ਨੂੰ 18,000 ਰੁਪਏ 'ਚ ਬੱਚਾ ਲੈ ਕੇ ਦਿੱਤਾ, ਠੀਕ ਆ, ਆਪਣੇ ਕਾਲੂ ਦਾ ਬੱਚਾ, ਕਾਲੂ ਬਰੀਡਰ ਦਾ ਆਪਣੇ ਦਾ, ਠੀਕ ਆ, 5 ਮਹੀਨਿਆਂ ਦਾ ਬੱਚਾ, 33 ਇੰਚ ਹਾਈਟ ਆ ਬੱਚੇ ਦੀ, ਠੀਕ ਆ, ਜੈੱਡ ਬਲੈਕ ਕਲਰ ਦੇ ਵਿੱਚ ਆ। ਅਤੇ ਪਿੰਡ ਦੇ ਵਿੱਚ ਹੀ ਆਪਣੇ ਤੋਂ ਬੱਕਰੀ ਕ੍ਰੋਸ ਕਰਾਈ ਸੀ ਕਿਸੇ ਵੀਰ ਨੇ, ਉਹਨਾਂ ਦੀ ਬੱਕਰੀ ਦਾ ਬੱਚਾ ਇਹ। ਅਤੇ ਉਹ ਤੌਂਗ ਵਾਲੀ ਮੰਡੀ 'ਤੇ ਲੈ ਕੇ ਗਏ ਸੀ ਵੇਚਣ ਵਾਸਤੇ, ਅਤੇ ਇਹਦਾ ਬੱਚੇ ਦਾ ਉੱਥੇ 17,000-18,000 ਰੁਪਇਆ ਮੰਡੀ 'ਤੇ ਲੱਗ ਗਿਆ ਸੀਗਾ। ਅਤੇ ਇਹਨੇ ਵੀਰ ਨੇ ਆਪਾਂ ਨੂੰ ਫੋਨ 'ਤੇ ਸੌਦਾ ਕਰਾਇਆ ਹੈਗਾ, ਠੀਕ ਆ, ਕਹਿੰਦਾ ਵੀ ਬਾਈ ਬੱਕਰਾ ਮੈਨੂੰ ਲੈ ਕੇ ਦੇ ਦਿਓ, ਆਪਾਂ ਤੁਹਾਡੀ ਜ਼ਿੰਮੇਵਾਰੀ 'ਤੇ ਲੈਂਦੇ ਹਾਂ। ਅਤੇ ਤੌਂਗ ਵਾਲੀ ਤੋਂ ਆਪਾਂ ਇਹ ਬੱਕਰਾ ਵਾਪਸ ਮੰਡਵਾ ਲਿਆ ਸੀਗਾ, ਬੱਚਾ ਕਹਿਣ ਦਾ ਭਾਵ 18,000 ਰੁਪਏ 'ਚ ਆਪਾਂ ਇਹਨੂੰ ਬੱਚਾ ਲੈ ਕੇ ਦਿੱਤਾ ਵੀਰ ਨੂੰ, 18,000 ਰੁਪਏ ਦੀ ਗੱਲ ਹੋਈ ਸੀਗੀ, ਠੀਕ ਆ, ਫੋਨ 'ਤੇ ਸਾਡੀ, 18,000 ਰੁਪਏ 'ਚ ਆਪਾਂ ਲੈ ਕੇ ਦਿੱਤਾ ਬੱਚਾ। ਬੱਚਾ ਚੰਗਾ, ਵਧੀਆ ਬਰੀਡਰ ਬਣਨ ਵਾਲਾ, ਪੂਰਾ ਮੁਸਤਕਿਲ ਬੱਚਾ ਹੈਗਾ, ਹੱਡਾਂ ਪੈਰਾਂ ਦਾ ਨਰੋ।